ਮੈਨੂੰ ਓਬੀਸਿਟੀ ਦੇ ਕਰਕੇ ਕਾਫੀ ਹੈਲਥ ਇਸ਼ੂ ਸੀਗੇ। ਫਿਰ ਮੈਂ ਇੱਥੇ ਆ ਕੇ ਡਾਕਟਰ ਜਸਮੀਤ ਨੂੰ ਮਿਲੀ ਕੰਸਲਟ ਕਰਕੇ, ਅਤੇ ਤੀਸਰੇ ਦਿਨ ਮੈਂ ਸਰਜਰੀ ਦੇ ਪ੍ਰੋਸੀਜਰ ਲਈ ਚਲੀ ਗਈ ਸੀਗੀ। ਹਾਂਜੀ, ਮੈਂ ਅਲਬਰਟਾ ਕੈਨੇਡਾ ਤੋਂ ਹਾਂ, ਅਤੇ ਮੈਨੂੰ ਓਬੀਸਿਟੀ ਦੇ ਕਰਕੇ ਕਾਫੀ ਹੈਲਥ ਇਸ਼ੂ ਸੀਗੇ। ਅਤੇ ਮੇਰੇ ਕੋਈ ਫੈਮਿਲੀ ਫਰੈਂਡ ਸੀਗੇ, ਉਹ ਪਹਿਲਾਂ ਇਸ ਸਟਾਰ ਹੋਸਪਿਟਲ ਦੇ ਵਿੱਚ ਡਾਕਟਰ ਜਸਮੀਤ ਨਾਲ ਆਪਣਾ ਟ੍ਰੀਟਮੈਂਟ ਲਿਆ ਸੀਗਾ, ਅਤੇ ਫਿਰ ਮੈਂ ਇੱਥੇ ਆ ਕੇ ਡਾਕਟਰ ਜਸਮੀਤ ਨੂੰ ਮਿਲੀ। ਜਦੋਂ ਮੈਂ ਇੱਥੇ ਆਈ ਤਾਂ ਮੈਨੂੰ ਡਾਕਟਰ ਜਸਮੀਤ ਨੇ ਬੈਟ੍ਰਿਕ ਸਰਜਰੀ ਬਾਰੇ ਦੱਸਿਆ, ਅਤੇ ਮੈਂ ਦੂਸਰੇ ਦਿਨ ਹੀ ਆ ਗਈ ਸੀ ਹੋਸਪਿਟਲ ਦੇ ਵਿੱਚ ਕੰਸਲਟ ਕਰਕੇ, ਅਤੇ ਤੀਸਰੇ ਦਿਨ ਮੈਂ ਸਰਜਰੀ ਦੇ ਪ੍ਰੋਸੀਜਰ ਲਈ ਚਲੀ ਗਈ ਸੀਗੀ। ਛੁੱਟੀ ਮੈਨੂੰ ਸਰਜਰੀ ਤੋਂ 2 ਦਿਨ ਬਾਅਦ ਚ ਨਹੀਂ, ਕੋਈ ਖਾਸ ਇਸ਼ੂ ਤਾਂ ਹੈ ਨਹੀਂ ਗਾ, ਪਰ ਥੋੜ੍ਹਾ ਜਿਹਾ ਤੁਹਾਨੂੰ ਪਤਾ ਜਦੋਂ ਸਰਜਰੀ ਹੁੰਦੀ ਹੈ ਥੋੜ੍ਹੀ ਬਹੁਤੀ ਤਾਂ ਉਹਦੇ ਨਾਲ ਹੁੰਦੇ ਹੀ ਆ ਪੇਨ, ਬਟ ਬਿਲਕੁਲ ਨੋਰਮਲ ਆ, ਮੈਂ ਵਾਕ ਕਰ ਰਹੀ ਹਾਂ। ਹਾਂਜੀ, ਮੈਂ ਆਰਾਮ ਨਾਲ ਖਾ ਪੀ ਸਕਦੀ ਹਾਂ। ਮੈਨੂੰ ਇੱਥੇ ਆ ਕੇ ਬੜਾ ਵਧੀਆ ਲੱਗਿਆ, ਸਟਾਫ ਬਹੁਤ ਵਧੀਆ ਵਾ, ਡਾਕਟਰ ਬਹੁਤ ਵਧੀਆ ਨੇ, ਲਾਈਕ ਐਵਰੀ ਜਿਹੜਾ ਏਰੀਆ ਵਾ ਉੱਥੋਂ ਦਾ ਸਟਾਫ ਬਹੁਤ ਫਰੈਂਡਲੀ ਆ, ਅਤੇ ਸਾਰਿਆਂ ਨੂੰ ਵੀ ਰੈਕਮੈਂਡ ਕਰੂੰਗਾ ਅੱਗੇ ਜੋ ਹੋਰ ਵੀ ਮੇਰਾ ਕੋਈ ਫਰੈਂਡ ਸਰਕਲ ਹੈਗਾ, ਰੈਦਰ ਦੈਨ ਹੋਸਪਿਟਲ ਜਾਣ ਦੀ ਬਜਾਏ ਇੱਥੇ ਆਉਣ ਤਾਂ ਵਧੀਆ ਟ੍ਰੀਟਮੈਂਟ ਮਿਲੂਗਾ ਉਹਨਾਂ ਨੂੰ। ਸਫਾਈ ਪੱਖੋਂ ਬਹੁਤ ਵਧੀਆ ਹੋਸਪਿਟਲ ਆ, ਡਾਕਟਰ ਬਹੁਤ ਕੇਅਰਿੰਗ ਆ, ਜੇ ਉਹਨਾਂ ਨੂੰ ਕੋਈ ਸੁਜੈਸ਼ਨ ਦਿੰਦੇ ਆ ਤਾਂ ਬਹੁਤ ਨਾਈਸਲੀ ਉਹਨੂੰ ਸੁਜੈਸ਼ਨ ਨੂੰ ਸੁਣਦੇ ਆ, ਅਤੇ ਸਫਾਈ ਪੱਖੋਂ ਸਾਨੂੰ ਕੋਈ ਪ੍ਰੋਬਲਮ ਨਹੀਂ ਆਏਗੀ। ਹਾਂਜੀ, ਜੇ ਮੈਂ ਤਾਂ ਇਹੀ ਕਹੂੰਗੀ ਕਿਸੇ ਨੂੰ ਵੀ ਕੋਈ ਪ੍ਰੋਬਲਮ ਹੈਗੀ ਆ ਵੇਟ ਨੂੰ ਲੈ ਕੇ, ਤਾਂ ਵੀ ਸਟਾਰ ਹੋਸਪਿਟਲ ਜਾਓ ਅਤੇ ਆਪਣਾ ਉੱਥੇ ਜਾ ਕੇ ਇਲਾਜ ਕਰਾਓ।